ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਜੀ ਗੁਰਜੰਟ ਸਿੰਘ ਢਿੱਲੋਂ ਅਤੇ ਮੈਂ ਮਾਲਵਾ ਕਾਲਜ ਬੌਂਦਲੀ ਸਮਰਾਲਾ ਵਿਖੇ ਐਮ ਏ ਹਿਸਟਰੀ ਦਾ ਸਟੂਡੈਂਟ ਹਾਂ। ਅਤੇ ਅੱਜ ਜੋ ਮੈਂ ਵੀਡੀਓ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਇਆ ਜੀ, ਇਹਦੇ ਵਿੱਚ ਮੈਂ ਗੱਲ ਕਰਨਾ ਚਾਹੁੰਦਾ ਅੱਜ ਕੱਲ੍ਹ ਦੇ ਸਾਡੇ ਪੰਜਾਬੀ ਗਾਉਣੇ ਵਾਲਿਆਂ ਦੀ, ਜਿਨ੍ਹਾਂ ਨੇ ਆਪਣੇ ਗੀਤਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ। ਇਹਨਾਂ ਦੇ ਵਿੱਚੋਂ ਦਲਜੀਤ, ਜੋ ਜੋ ਹਨੀ ਸਿੰਘ ਅਤੇ ਗਿੱਪੀ ਗਰੇਵਾਲ, ਇਹਦੀ ਤਾਂ ਕੁਛ ਜ਼ਿਆਦਾ ਹੀ ਹਵਾ ਖਰਾਬ ਹੋਈ ਹੋਈ ਆ। ਅਤੇ ਇਹਨਾਂ ਤੋਂ ਬਿਨਾਂ ਬਾਈ ਅਮਰਜੀਤ ਅਤੇ ਅਣਖੀਲਾ ਅਤੇ ਸਿੱਪੀ ਗਿੱਲ, ਇਹਨਾਂ ਦੇ ਵੀ ਗੀਤ ਕੁਝ ਜ਼ਿਆਦਾ ਵਧੀਆ ਨਹੀਂ ਹੈਗੇ। ਅਤੇ ਜਿਹੜਾ ਬਾਈ ਅਮਰਜੀਤ ਆ, ਇਹਦਾ ਪਿੱਛੇ ਜਿਹੇ ਗੀਤ ਆਇਆ ਸੀਗਾ ਰਾਣੋ, ਉਹਦੇ ਵਿੱਚ ਇਹਨੇ ਕੁੜੀ ਨੂੰ ਸ਼ਰੇਆਮ ਪੰਚਾਇਤ ਦੇ ਵਿੱਚ ਆਪਣੇ ਘਰਦਿਆਂ ਦੀ ਬੇਇੱਜ਼ਤੀ ਕਰਦੇ ਹੋਏ ਦਿਖਾਇਆ, ਅਤੇ ਉਹ ਜਾ ਕੇ ਆਪਣੇ ਭਾਈਆਂ ਨੂੰ ਛੱਡ ਕੇ ਆਪਣੇ ਯਾਰ ਨਾਲ ਜਾ ਖੜਦੀ ਆ। ਇਹ ਆਪਣੇ ਗੀਤਾਂ ਦੇ ਜ਼ਰੀਏ ਹਮੇਸ਼ਾ ਇਹੀ ਮੈਸੇਜ ਦਿੰਦੇ ਨੇ ਕੁੜੀਆਂ ਨੂੰ ਕਿ ਆਪਣੇ ਘਰਦਿਆਂ ਦੀ ਇੱਜ਼ਤ ਮਿੱਟੀ 'ਚ ਰੋਲ ਦਿਓ, ਖੁੱਲ੍ਹ ਕੇ ਆਸ਼ਕੀ ਕਰੋ। ਕੋਈ ਚੰਗਾ ਮੈਸੇਜ ਨਹੀਂ ਦਿੰਦੇ ਕਿ ਆਪਣੇ ਮਾਂ ਬਾਪ ਦੀ ਇੱਜ਼ਤ ਦੀ ਰਾਖੀ ਕਰੋ ਜਾਂ ਕੁਛ ਹੋਰ ਆਪਣੇ ਯੂਥ ਨੂੰ ਕਿਸੇ ਚੰਗੇ ਪਾਸੇ ਲਾਉਣ, ਆਪਣੇ ਧਰਮ ਵਾਲੇ ਪਾਸੇ ਲਾਉਣ, ਆਪਣੇ ਵਿਰਸੇ ਬਾਰੇ ਦੱਸਣ। ਇਹਨਾਂ ਦੇ ਗੀਤਾਂ ਦੇ ਵਿੱਚ ਹਮੇਸ਼ਾ ਹੀ ਆਸ਼ਕੀ ਨੂੰ ਇਹ ਪਹਿਲ ਦਿੱਤੀ ਜਾਂਦੀ ਆ। ਗੁਰੂਆਂ ਪੀਰਾਂ ਦੀ ਧਰਤੀ ਆ ਅਤੇ ਇੱਥੇ ਇੰਨੇ ਗੰਦੇ ਗੀਤ ਗਾਉਂਦੇ ਨੇ ਲੱਚਰ, ਜਿਨ੍ਹਾਂ ਨੂੰ ਪਰਿਵਾਰ ਦੇ ਵਿੱਚ ਬੈਠ ਕੇ ਸੁਣਿਆ ਨਹੀਂ ਜਾ ਸਕਦਾ। ਮੈਨੂੰ ਤਾਂ ਇਹ ਸਾਰੇ ਚਮਕੀਲੇ ਦੇ ਗੰਦੇ ਅੰਡੇ ਲੱਗਦੇ ਨੇ, ਗੰਦੇ ਅੰਡੇ, ਇਦੋਂ ਵੱਧ ਹੋਰ ਕੁਛ ਨਹੀਂ। ਅਤੇ ਇਹ ਆਪਣੇ ਗੀਤਾਂ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਨੂੰ ਕਦੇ ਸੈਕਿੰਡ ਹੈਂਡ ਕਹਿੰਦੇ ਨੇ, ਕਦੇ ਕਹਿੰਦੇ ਨੇ ਆਸ਼ਕੀ ਦੀਆਂ ਪੱਟੀਆਂ ਹੋਈਆਂ ਨੇ। ਅਤੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਪੰਜਾਬ ਦੀਆਂ ਕੁੜੀਆਂ ਸੈਕਿੰਡ ਹੈਂਡ ਨੇ, ਆਸ਼ਕੀ ਦੀਆਂ ਪੱਟੀਆਂ ਹੋਈਆਂ ਨੇ, ਤਾਂ ਤੁਹਾਡੀਆਂ ਭੈਣਾਂ ਕਿਹੜਾ ਅਸਮਾਨ 'ਚ ਰਹਿੰਦੀਆਂ ਨੇ, ਉਹ ਵੀ ਤਾਂ ਪੰਜਾਬ ਦੀਆਂ ਕੁੜੀਆਂ ਨੇ। ਜੇ ਬਾਕੀ ਕੁੜੀਆਂ ਇੱਦਾਂ ਦੀਆਂ ਨੇ, ਫਿਰ ਉਹ ਵੀ ਤਾਂ ਇੱਦਾਂ ਦੀਆਂ ਹੋਣਗੀਆਂ। ਜੇ ਗੰਦੇ ਮੈਸੇਜ ਦੇਣੇ ਨੇ ਤਾਂ ਉਹਨਾਂ ਨੂੰ ਦੇ ਦਿਆ ਕਰੋ। ਹਜੇ ਸਾਨੂੰ ਇਹੋ ਜਿਹੇ ਗੰਦੇ ਗੀਤ ਘਟੀਆ ਗੀਤ ਸੁਣਾਉਣ ਦੀ ਕੋਈ ਲੋੜ ਨਹੀਂ। ਇਹਨਾਂ ਦੇ ਲਈ ਮੈਂ ਇਹਨਾਂ ਨੂੰ ਇੱਕ ਰਿਪਲਾਈ ਕਰਨ ਦੇ ਲਈ ਇੱਕ ਗੀਤ ਲਿਖਿਆ। ਮੈਨੂੰ ਗਾਉਣਾ ਗੁਣਾ ਤਾਂ ਆਉਂਦਾ ਨਹੀਂ, ਪਰ ਮੈਂ ਤੁਹਾਨੂੰ ਐਵੇਂ ਹੀ ਸੁਣਾ ਦਿੰਦਾ। ਉਹਦੀਆਂ ਲਾਈਨਾਂ ਕੁਛ ਇਸ ਤਰ੍ਹਾਂ ਨੇ, ਧਿਆਨ ਨਾਲ ਸੁਣਿਓ, ਉਮੀਦ ਆ ਤੁਹਾਨੂੰ ਪਸੰਦ ਆਊ। ਪੰਜਾਬੀ ਗਾਉਣੇ ਵਾਲੇ ਯਾਰ, ਉਹ ਬੜਾ ਗੰਦ ਪਾਉਂਦੇ ਨੇ ਗੀਤਾਂ ਵਿੱਚ, ਅੱਧ ਨੰਗੀਆਂ ਕੁੜੀਆਂ ਨਚਾਉਂਦੇ ਨੇ। ਸਾਡੇ ਯੂਥ ਨੂੰ ਇਹ ਸਦਾ ਪੁੱਠੇ ਕੰਮ ਹੀ ਸਿਖਾਉਂਦੇ ਨੇ। ਆਸ਼ਕੀ ਦਾ ਪਾਠ ਬੜਾ ਵਧੀਆ ਪੜ੍ਹਾਉਂਦੇ ਨੇ, ਕੁੜੀਆਂ ਦੇ ਬਾਰੇ ਬੜੀ ਗੰਦੀ ਸੋਚ ਰੱਖਦੇ, ਗੀਤਾਂ ਵਿੱਚ ਇਹਨਾਂ ਨੂੰ ਇਹ ਸੈਕਿੰਡ ਹੈਂਡ ਦੱਸਦੇ। ਇਹਨਾਂ ਦੇ ਵੀ ਘਰ ਵਿੱਚ ਧੀਆਂ ਭੈਣਾਂ ਹੋਣੀਆਂ ਨੇ, ਉਹਨਾਂ ਬਾਰੇ ਦੱਸੋ ਇਹ ਕੀ ਵਿਚਾਰ ਰੱਖਦੇ। ਉਹ ਵੀ ਤਾਂ ਕਾਲਜ ਵਿੱਚ ਪੜ੍ਹਦੀਆਂ ਹੋਣੀਆਂ ਨੇ, ਆਸ਼ਕਾਂ ਨੂੰ ਅੱਗੇ ਪਿੱਛੇ ਰੱਖਦੀਆਂ ਹੋਣੀਆਂ ਨੇ। ਕਈ ਮੁੰਡੇ ਉਹਨਾਂ ਦੇ ਵੀ ਪਿੱਛੇ ਗੇੜੀ ਲਾਉਂਦੇ ਹੋਣੇ, ਫਿਰ ਚੋਰੀ ਚੋਰੀ ਉਹਨਾਂ ਵੱਲ ਤੱਕਦੀਆਂ ਹੋਣੀਆਂ ਨੇ। ਆਸ਼ਕੀ ਦਾ ਪਾਠ ਇਹ ਵੀਰਾਂ ਕੋਲੋਂ ਸਿੱਖੀਆਂ ਨੇ, ਜਿਹੜੇ ਗਾਉਣੇ ਵਾਲੇ ਨੇ ਕਹਿੰਦੇ ਵੀਰ, ਆਸ਼ਕੀ ਦਾ ਪਾਠ ਇਹ ਵੀਰਾਂ ਕੋਲੋਂ ਸਿੱਖੀਆਂ ਨੇ, ਖੰਡੇ ਨਾਲੋਂ ਤਿੱਖੀਆਂ ਤੇ ਗੁੜ ਨਾਲੋਂ ਮਿੱਠੀਆਂ ਨੇ। ਬੁਲਟ ਤੇ ਲੈ ਕੇ ਉਹਨਾਂ ਨੂੰ ਵੀ ਕੋਈ ਜਾਂਦਾ ਹੋਊ, ਜੱਫੀ ਪਾ ਕੇ ਯਾਰੋ ਫਿਰ ਪਿੱਛੇ ਬੈਠਦੀਆਂ ਹੋਣੀਆਂ ਨੇ, ਜੱਫੀ ਪਾ ਕੇ ਯਾਰੋ ਫਿਰ ਪਿੱਛੇ ਬੈਠਦੀਆਂ ਹੋਣੀਆਂ ਨੇ। ਮੋਟਰ ਤੇ ਜਾ ਕੇ ਯਾਰ ਢੋਲੇ ਦੀਆਂ ਲਾਉਂਦਾ ਹੋਊ, ਮੋਟਰ ਤੇ ਜਾ ਕੇ ਯਾਰ ਢੋਲੇ ਦੀਆਂ ਲਾਉਂਦਾ ਹੋਊ, ਜਦ ਬਾਹਾਂ ਵਿੱਚ ਬਾਹਾਂ ਪਾ ਕੇ ਹੱਸਦੀਆਂ ਹੋਣੀਆਂ ਨੇ, ਜਦ ਬਾਹਾਂ ਵਿੱਚ ਬਾਹਾਂ ਪਾ ਕੇ ਹੱਸਦੀਆਂ ਹੋਣੀਆਂ ਨੇ। ਜਿਵੇਂ ਸਾਨੂੰ ਇਹ ਯਾਰੋ ਗੀਤਾਂ ਵਿੱਚ ਦੱਸਦੇ, ਜਿਵੇਂ ਇਹ ਯਾਰੋ ਸਾਨੂੰ ਗੀਤਾਂ ਵਿੱਚ ਦੱਸਦੇ, ਉਹ ਵੀ ਤਾਂ ਸੈਕਿੰਡ ਹੈਂਡ ਹੋ ਗਈਆਂ ਹੀ ਹੋਣੀਆਂ ਨੇ, ਉਹ ਵੀ ਤਾਂ ਸੈਕਿੰਡ ਹੈਂਡ ਹੋ ਗਈਆਂ ਹੀ ਹੋਣੀਆਂ ਨੇ। ਟੀਵੀ ਉੱਤੇ ਇਹ ਕੁੱਤੇ ਜਿੰਨਾ ਗੰਦ ਬੋਲਦੇ, ਇੱਦਾਂ ਦੀ ਹੀ ਸੋਚ ਉਹ ਰੱਖਦੀਆਂ ਹੋਣੀਆਂ ਨੇ, ਇੱਦਾਂ ਦੀ ਹੀ ਸੋਚ ਉਹ ਰੱਖਦੀਆਂ ਹੋਣੀਆਂ ਨੇ। ਜਿਵੇਂ ਸਾਨੂੰ ਇਹ ਯਾਰੋ ਗੀਤਾਂ ਵਿੱਚ ਦੱਸਦੇ, ਉਹ ਵੀ ਤਾਂ ਸੈਕਿੰਡ ਹੈਂਡ ਹੋ ਗਈਆਂ ਹੀ ਹੋਣੀਆਂ ਨੇ। ਟੀਵੀ ਉੱਤੇ ਇਹ ਕੁੱਤੇ ਜਿੰਨਾ ਗੰਦ ਬੋਲਦੇ, ਇੱਦਾਂ ਦੀ ਹੀ ਸੋਚ ਉਹ ਵੀ ਰੱਖਦੀਆਂ ਹੋਣੀਆਂ ਨੇ, ਇੱਦਾਂ ਦੀ ਹੀ ਸੋਚ ਉਹ ਵੀ ਰੱਖਦੀਆਂ ਹੋਣੀਆਂ ਨੇ। ਸੋ ਇਹ ਸੀ ਜੋ ਮੈਂ ਗੀਤ ਲਿਖਿਆ। ਮੈਨੂੰ ਗਾਉਣਾ ਗੁਣਾ ਤਾਂ ਆਉਂਦਾ ਨਹੀਂ, ਮੈਂ ਤੁਹਾਨੂੰ ਐਵੇਂ ਸੁਣਾਤਾ। ਅਤੇ ਬਾਕੀ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਜੇ ਜਿਹੜਾ ਤੁਹਾਡਾ ਆਹ ਹੁਣ ਵਿਸ਼ਾ ਤੁਸੀਂ ਰੱਖਿਆ ਹੋਇਆ ਆਪਣੇ ਗੀਤਾਂ ਦਾ ਜਾਂ ਫਿਲਮਾਂ ਦਾ, ਆਸ਼ਕੀ, ਇਹਨੂੰ ਹੁਣ ਚੇਂਜ ਕਰ ਦਿਓ। ਥਾਂ ਥਾਂ 'ਤੇ ਪੰਜਾਬ ਦੇ ਵਿੱਚ ਤੁਹਾਡਾ ਵਿਦਰੋਹ ਤਾਂ ਹੋਣੇ ਲੱਗ, ਤੁਹਾਡਾ ਵਿਰੋਧ ਤਾਂ ਹੋਣੇ ਲੱਗ ਗਿਆ। ਅਤੇ ਇਸ ਤੋਂ ਬਿਨਾਂ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਜੇ ਗੁੱਸਾ ਆਉਂਦਾ ਹੈ ਮੇਰੇ ਗੀਤ ਨੂੰ ਦੇਖ ਕੇ ਜਾਂ ਮੇਰੀ ਵੀਡੀਓ ਨੂੰ ਸੁਣ ਕੇ, ਤਾਂ ਕੋਈ ਗੱਲ ਨਹੀਂ, ਤੁਹਾਡਾ ਮੈਂ ਡਰ ਨਹੀਂ ਮਾਰਿਆ ਤੁਹਾਡਾ,
ਜਾਂ ਮਰਜ਼ੀ ਆ ਕੇ ਯਾਰ ਨੂੰ ਮਿਲਦੇ ਹੋ, ਠੀਕ ਆ। ਅਤੇ ਬਾਕੀ ਇਸ ਤੋਂ ਬਿਨਾਂ ਮੈਂ ਕਹਿਣਾ ਚਾਹੁੰਦਾ ਸਾਡੇ ਪੰਜਾਬ ਦੇ ਗਾਉਣੇ ਵਾਲਿਆਂ ਨੂੰ ਇੱਕ ਹੋਰ ਗੱਲ, ਕਿ ਜੇ ਤੁਸੀਂ ਗੰਦ ਪਾ ਸਕਦੇ ਹੋ ਤਾਂ ਅਸੀਂ ਵੀ ਬਥੇਰਾ ਕੁਛ ਬਾਤ ਬੋਲ ਸਕਦੇ ਹਾਂ। ਯੂਟਿਊਬ ਹੈਗੀ ਆ ਯਾਰ ਉਹਨਾਂ ਕੋਲ ਸਾਰੇ ਲੋਕਾਂ ਨਾਲ ਕੰਟੈਕਟ ਬਣਾਉਣ ਦੇ ਲਈ, ਅਤੇ ਇਹ ਆਪਣੇ ਗੀਤਾਂ ਦੇ ਵਿੱਚ ਹਮੇਸ਼ਾ ਕੁੜੀਆਂ ਨੂੰ ਕਹਿੰਦੇ ਨੇ ਕਿ ਆਪਣੇ ਮਾਂ ਬਾਪ ਦੀ ਇੱਜ਼ਤ ਰੋਲ ਦਿਓ, ਆਸ਼ਕੀ ਕਰੋ ਖੁੱਲ੍ਹ ਕੇ। ਇਹਨੂੰ ਮੈਂ ਕਹਿਣਾ ਚਾਹੁੰਦਾ ਕਿ ਹੁਣ ਚੱਜ ਦੇ ਗੀਤ ਗਾ ਲਿਆ ਕਰੋ, ਧੀਆਂ ਭੈਣਾਂ ਤੁਹਾਡੇ ਘਰੇ ਵੀ ਹੈਗੀਆਂ ਨੇ। ਅਤੇ ਬਾਕੀ ਮੇਰੀਆਂ ਲਾਈਨਾਂ ਸੁਣ ਕੇ ਜੇ ਕਿਸੇ ਨੂੰ ਰੜਕਾ ਗਾਉਣੇ ਵਾਲਿਆਂ ਨੂੰ ਗੁੱਸਾ ਆ ਰਿਹਾ ਇਸ ਸਮੇਂ ਮੇਰੀ ਵੀਡੀਓ ਦੇਖ ਕੇ, ਤਾਂ ਮੈਂ ਉਹਨੂੰ ਕਹਿਣਾ ਚਾਹੁੰਦਾ ਕਿ ਯਾਰ ਹੋਣੀ ਮਾਰਵਾ ਕਾਲਜ ਦੀ ਕੰਟੀਨ 'ਤੇ ਬੈਠੇ ਹੁੰਦੇ ਨੇ, ਜਦ ਮਰਜ਼ੀ ਆ ਕੇ ਮਿਲ ਲਿਓ। ਮੇਰੇ ਕੋਲ ਯਾਰ ਵੀ ਬਥੇਰੇ ਨੇ ਅਤੇ ਹਥਿਆਰ ਵੀ ਬਥੇਰੇ ਨੇ, ਠੀਕ ਆ, ਜੱਟ ਨਹੀਂ ਕਿਸ ਤੋਂ ਡਰਦਾ। ਅਤੇ ਬਾਕੀ ਸਮੇਂ ਸਮੇਂ 'ਤੇ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਜਿਹਨੂੰ ਵੀਡੀਓ ਵਧੀਆ ਲੱਗੀ ਹੋਵੇ ਸਾਡੇ ਵੀਰਾਂ ਭੈਣਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਕਮੈਂਟ ਵੀ ਜ਼ਰੂਰ ਕਰਿਓ। ਅਤੇ ਬਾਕੀ ਫੇਸਬੁੱਕ 'ਤੇ ਤਾਂ ਹੁਣ ਅੱਜ ਕੱਲ੍ਹ ਸਾਰੇ ਹੀ ਨੇ, ਫੇਸਬੁੱਕ 'ਤੇ ਵੀ ਸ਼ੇਅਰ ਕਰ ਦਿਓ ਵੀਡੀਓ। ਅਤੇ ਬਾਕੀ ਗਾਉਣੇ ਵਾਲਿਆਂ ਨੂੰ ਤਾਂ ਸਭ ਕੁਝ ਮਿਲ ਗਿਆ ਹੋਣਾ ਆ, ਉਮੀਦ ਆ ਤੁਹਾਨੂੰ ਵੀ ਵੀਡੀਓ ਪਸੰਦ ਆਈ ਹੋਊਗੀ। ਅਤੇ ਬਸ ਸਮੇਂ ਸਮੇਂ 'ਤੇ ਹੋਰ ਕੋਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਅਤੇ ਇਹਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਕਿ ਸੰਨ 87 'ਚ ਇੱਕ ਗਾਉਣੇ ਵਾਲਾ ਦੀ ਚਮਕੀਲਾ, ਚੰਗੇ ਚੰਗੇ ਰਿਸ਼ਤੇ ਉਹਨੇ ਬਦਨਾਮ ਕਰਕੇ ਰੱਖਤੇ ਸੀ, ਸਿੰਘਾਂ ਨੇ ਸਟੇਜ 'ਤੇ ਹੀ ਥੋਤਾ ਦੀ AK-47 ਵਾਲਿਆਂ ਨੇ, ਉਹ ਪੁੱਤ ਨੂੰ ਭੱਜਣ ਦਾ ਮੌਕਾ ਵੀ ਨਹੀਂ ਸੀ ਮਿਲਿਆ, ਠੀਕ ਆ, ਬੰਦੇ ਬਣ ਜਾਓ, ਭੱਜਦਿਆਂ ਨੂੰ ਬਾਹਣ ਇੱਕੋ ਜਿਹੇ ਹੁੰਦੇ ਨੇ, ਫਿਰ ਦੇਖੇਂਗੇ ਵਾਲਾ ਦਾਲਾ ਜਾ ਕੇ ਸਟੇਜਾਂ ਦੀ ਧਰ ਲਏ ਅਸੀਂ, ਠੀਕ ਆ। ਬਾਕੀ ਚਲੋ ਜੀ, ਚੰਗਾ, ਕੋਈ ਨਵੀਂ ਵੀਡੀਓ ਲੈ ਕੇ ਫੇਰ ਆਵਾਂਗੇ। ਜਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।